ਜੋ ਵਰਡ ਕੈਂసర్ ਡੇ ਹੈ ਤੇ ਅੱਜ ਪੂਰੇ ਪੰਜਾਬ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੈਂਸਰ ਦੇ ਸੈਮੀਨਾਰ ਵੀ ਕਰਵਾਏ ਜਾ ਰਿਹਾ ਸਰਕਾਰਾਂ ਵੱਲੋਂ ਅਕਸਰ ਇਹ ਦਾਅਵੇ ਕੀਤੇ ਜਾਂਦੇ ਆ ਕਿ ਕੈਂਸਰ ਜਿਹੜੇ ਪੀੜਤ ਹੈਗੇ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਊਗੀ ਪਰ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਹਲਕਾ ਜਿਹੜਾ ਹੈਗਾ ਬਠਿੰਡਾ ਇਲਾਕਾ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਚਪੇੜ ਦੇ ਵਿੱਚ ਹੈਗਾ ਇਸ ਇਲਾਕੇ 'ਚ ਕੈਂਸਰ ਦੇ ਬਹੁਤ ਮਰੀਜ਼ ਹੈ ਇੱਕ ਟ੍ਰੇਨ ਕੈਂਸਰ ਟ੍ਰੇਨ ਵੀ ਬਠਿੰਡਾ ਤੋਂ ਚੱਲਦੀ ਹੈ ਜਿਹੜੀ ਰੋਜ਼ਾਨਾ ਕੈਂਸਰ ਦੇ ਮਰੀਜ਼ਾਂ ਨਾਲ ਪਰ ਕੇ ਬਠਿੰਡਾ ਤੋਂ ਬੀਕਾਨੇਰ ਟ੍ਰੇਨ ਪਹੁੰਚਦੀ ਹੈ ਲੰਬੇ ਸਮੇਂ ਤੋਂ ਇਸੇ ਤਰੀਕੇ ਨਾਲ ਕੈਂਸਰ ਜਿਹੜਾ ਪੈਰ ਪਸਾਦਾ ਜਾ ਰਿਹਾ ਪਰ ਹੁਣ ਇਸ ਕੈਂਸਰ ਦੀ ਜਿਹੜੀ ਪਕੜ ਹੈਗੀ ਆ ਉਹ ਛੋਟੇ ਬੱਚਿਆਂ ਤੱਕ ਵੀ ਪਹੁੰਚ ਗਈ ਹੈ ਕੈਂਸਰ ਪਹਿਲਾਂ 40 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਹੁੰਦਾ ਸੀਗਾ ਤਾਂ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਸੀ ਪਰ ਹੁਣ ਸਭ ਤੋਂ ਵੱਡਾ ਜਿਹੜੇ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਛੋਟੇ ਬੱਚੇ 7 ਸਾਲ 1 ਸਾਲ 6 ਸਾਲ ਤੋਂ ਲੈ ਕੇ 28 ਸਾਲਾਂ ਤੱਕ ਦੀ ਉਮਰ ਤੱਕ ਦੇ ਜਿਹੜੇ ਨੌਜਵਾਨ ਆ ਉਹ ਵੀ ਕੈਂਸਰ ਦੀ ਚਪੇੜ ਦੇ ਵਿੱਚ ਆ ਗਿਆ ਵੱਡਾ ਇੱਕ ਸਵਾਲ ਖੜਾ ਹੁੰਦਾ ਸਰਕਾਰਾਂ ਤੇ ਕਿ ਆਖਰਕਾਰ ਕਿੱਧਰ ਜਾ ਰਿਹਾ ਪੰਜਾਬ ਜਿਹੜਾ ਹਸਦਾ ਵਸਦਾ ਪੰਜਾਬ ਸੀਗਾ ਉਹ ਕੈਂਸਰ ਦੇ ਜਿਹੜਾ ਜਾਲ ਦੇ ਵਿੱਚ ਫਸਦਾ ਜਾ ਰਿਹਾ ਕੈਂਸਰ ਦਾ ਡੰਗ ਖਾਂਦਾ ਜਾ ਰਿਹਾ ਪਰਿਵਾਰਾਂ ਦੇ ਪਰਿਵਾਰ ਬਠਿੰਡਾ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਕੈਂਸਰ ਦੇ ਮਰੀਜ਼ ਆ ਤੁਹਾਨੂੰ ਇੱਕ ਤਸਵੀਰ ਅਸੀਂ ਦਿਖਾਣੇ ਆ ਮੇਰੇ ਪਿੱਛੇ ਜਿਹੜਾ ਪਰਿਵਾਰ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਆਇਆ ਇਸ ਬੱਚੀ ਨੂੰ ਜਿਹਦੇ ਮੂੰਹ ਤੇ ਮਾਸਕ ਲੱਗਿਆ ਹੋਇਆ ਇਹਨੂੰ ਕੈਂਸਰ ਹੈ ਅੱਜ ਵਰਲਡ ਕੈਂਸਰ ਡੇ ਮਨਾਇਆ ਜਾ ਰਿਹਾ ਹੈ ਡਾਕਟਰ ਵੀ ਟੀਮਾਂ ਆਣੀਆਂ ਲੋਕ ਸਰਵੇ ਹੁੰਦੇ ਆ ਪਰ ਇਹ ਸਰਵੇ ਹਮੇਸ਼ਾ ਦੀ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਕੈਂਸਰ ਦੀ ਰੋਕ ਥਾਮ ਵਿੱਚ ناکਾਮ ਸਾਬਤ ਹੋ ਰਿਹਾ ਹੈ ਕੈਂਸਰ ਇੰਨਾ ਖ फैल ਚੁੱਕਿਆ ਕਿ ਹੁਣੇ ਛੋਟੇ ਬੱਚੇ ਜਿਨ੍ਹਾਂ ਦੀ ਜ਼ਿੰਦਗੀ ਜਿਨ੍ਹਾਂ ਦਾ ਬਚਪਨ ਹਜੇ ਖਡਾਉਣ ਹੈ ਨਾ ਖੇਡਣ ਦੀ ਉਮਰ ਸੀ ਤਾਂ ਉਹ ਹਸਪਤਾਲਾਂ ਦੇ ਵਿੱਚ ਟਰੀਟਮੈਂਟ ਕਰਵਾ ਰਿਹਾ ਇਲਾਜ ਕਰਵਾ ਰਿਹਾ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਇਹਨਾਂ ਦੇ ਨਾਲ ਗੱਲ ਕਰੀ ਤਾਂ ਹੋਰ ਵੀ ਬਹੁਤ ਜ਼ਿਆਦਾ ਐਸੇ ਪਰਿਵਾਰ ਆ ਜਿਨ੍ਹਾਂ ਦੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਚਿੰਤਾ ਦਾ ਵਿਸ਼ਾ ਹੈਗਾ ਸਰਕਾਰਾਂ ਦਾਅਵੇ ਕਰ ਰਹੀਆਂ ਪਰ ਕੈਂਸਰ ਫੈਲਦਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਬੱਚੀ ਜਿਹੜੀ 7 ਸਾਲ ਦੀ ਇਹਦੀ ਕਰੀਬ ਉਮਰ ਹੈਗੀ ਹੈ ਪਰ ਇਹਨੂੰ ਕੈਂਸਰ ਨੇ ਜਕੜਿਆ ਹੋਇਆ ਪਰਿਵਾਰ ਦਾ ਲੱਖਾਂ ਰੁਪਏ ਖਰਚ ਹੋ ਗਿਆ ਹੁਣ ਵੀ ਇਲਾਜ ਜਦਾ ਚੱਲ ਰਿਹਾ ਜੇਕਰ ਸਰਕਾਰੀ ਗੱਲ ਕਰੀਏ ਤਾਂ ਦੱਸਿਆ ਗਿਆ ਕਿ 80 ਤੋਂ 85 ਬੱਚੇ ਨੇ ਜਿਹੜੇ ਬਠਿੰਡਾ ਇਸ ਇਲਾਕੇ ਦੇ ਨੇ ਜਿਨ੍ਹਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਤੇ ਇਲਾਜ ਉਹਨਾਂ ਦਾ ਬਠਿੰਡਾ ਦੇ ਵਿੱਚ ਚੱਲਦਾ ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੈਂਸਰ ਖਤਮ ਕਿਉਂ ਨਹੀਂ ਹੋ ਰਿਹਾ ਕੈਂਸਰ ਰੁਕ ਕਿਉਂ ਨਹੀਂ ਰਿਹਾ ਕਿਉਂਕਿ ਖਾਣ-ਪਾਨ ਮਿਲਾਵਟ ਐਨੀ ਹੋ ਚੁੱਕੀ ਹੈ ਕਿ ਸਰਕਾਰਾਂ ਦੇ ਵੀ ਹੱਥ ਖੜੇ ਆ ਨਤੀਜਾ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਪਵਿੱਖ ਜਿਹੜਾ ਅੱਜ ਕੈਂਸਰ ਦੇ ਵਿੱਚ ਜਾ ਰਿਹਾ ਗੱਲ ਕਰਦੇ ਆ ਸਾਡੇ ਨਾਲ ਇਸ ਬੱਚੀ ਦਾ ਪਿਤਾ ਕੀ ਨਾਮ ਤੁਹਾਡਾ ਜੀ ਮਿੰਦਰ ਸਿੰਘ ਜੀ ਮਿੰਦਰ ਸਿੰਘ ਕਿੰਨਾ ਚਿਰ ਦੀ ਸੀ ਬੱਚੀ ਸੀ ਜਦੋਂ ਇਹਨੂੰ ਕੈਂਸਰ ਹੋਇਆ ਆ ਜੀ 5 ਸਾਲ ਦੀ ਸੀ ਜੀ ਇਹ ਬੱਚੀ ਜਦੋਂ ਸਾਨੂੰ ਉਹ ਤੋਂ ਪਤਾ ਨਹੀਂ ਲੱਗਿਆ ਜੀ ਅਸੀਂ ਇਹ ਟ੍ਰੀਟਮੈਂਟ ਕਰਦੇ ਰਹੇ ਜੀ ਤੇ ਆਪਣਾ ਨਾਮ ਕੀ ਲੈਂਦੇ 5-7 ਲੱਖ ਰੁਪਏ ਸਾਡਾ ਲੱਗ ਚੁੱਕਿਆ ਉਸ ਤੋਂ ਬਾਅਦ ਹੀ ਅਸੀਂ ਪੀਜੀਆਈ ਚੰਡੀਗੜ੍ਹ ਗਏ ਜਿੱਥੇ ਅਸੀਂ 25 ਦਿਨ ਰਹੇ ਹਾਂ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਜੀ ਆਪਣਾ ਨਾਮ ਕੀ ਲੈਂਦੇ ਇਹਨੂੰ ਬੋਨ ਕੈਂਸਰ ਹੈਗਾ ਜੀ ਲਾਸਟ ਸਟੇਜ ਆ ਕਹਿੰਦੇ ਤੇ ਉਹ ਮੈਨੂੰ ਕਹਿੰਦੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਜੀ ਗੱਡੀ ਚ ਚਲਾਉਣਾਗਾ ਡਰਾਈਵਰੀ ਪ੍ਰਾਈਵੇਟ ਨੌਕਰੀ ਕਰਦਾ ਹੈਗਾ ਜੀ ਉਹ ਕਹਿੰਦੇ ਇਹਨੂੰ ਘਰੇ ਲੈ ਜਾ ਕੇ ਇਹਦੀ ਸੇਵਾ ਕਰ ਲੋ ਕਹਿੰਦੇ ਜੀ ਅਬ ਬਾਈ ਦੀ ਨਹੀਂ ਕਿ ਬੱਚੀ ਤੁਹਾਡੀ ਉਸ ਤੋਂ ਬਾਅਦ ਅਸੀਂ ਬਠਿੰਡਾ ਹਸਪੀਟਲ ਕੈਂਸਰ ਹਸਪੀਟਲ ਚਾਏ ਹੋਏ ਆ ਜੀ ਅਸੀਂ ਉੱਥੇ ਐਨ ਜੀਓ ਹੈਗੇ ਆ ਜੀ ਇੰਦਰਜੀਤ ਮੈਡਮ ਜੀ ਉਹਨਾਂ ਨੇ ਸਾਨੂੰ ਡੀ ਐਮ ਸੀ ਰੈਫਰ ਕਰਤਾ ਜੀ ਉੱਥੇ ਦਾ ਇਲਾਜ ਹੋਇਆ ਜੀ ਛੇ ਮਹੀਨੇ ਉੱਥੇ ਰੱਖਿਆ ਗਿਆ ਹੈ ਹੁਣ ਜੀ ਇਹ ਠੀਕ ਆ ਹੈਗੀ ਇਹ ਆਪਣਾ ਨਾਮ ਕਿ ਲੈਂਦੇ ਆ ਪਰ ਸਾਨੂੰ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲਨੀਆਂ ਹੈਗੀਆਂ ਇਹ ਉਹ ਸਾਨੂੰ ਬਹੁਤ ਲੇਟ ਮਿਲੀਆਂ ਹੈਗੀਆਂ ਸੀਐਮ ਫੰਡ ਸਾਨੂੰ ਮਿਲ ਚੁੱਕਿਆ ਜੀ ਪੀਐਮ ਫੰਡ ਅਪਲਾਈ ਕੀਤਾ ਹੋਇਆ ਜੀ ਹਜੇ ਤੱਕ ਨਹੀਂ ਸਾਨੂੰ ਮਿਲਿਆ ਜੀ ਬਹੁਤ ਜ਼ਿਆਦਾ ਇਸ ਗੁੜੀਆ ਤੇ ਪੈਸਾ ਲੱਗ ਚੁੱਕਿਆ ਜੀ ਅਸੀਂ ਬਹੁਤ ਗਰੀਬ ਬੰਦੇ ਹੈਗੇ ਆ ਜੀ ਤੇ ਸਾਨੂੰ ਬਹੁਤ ਜ਼ਿਆਦਾ ਸਾਡਾ ਪਰਿਵਾਰ ਮੁਸ਼ਕਲਾਂ ਚੋਂ ਲੰਘ ਰਿਹਾ ਜੀ ਬਹੁਤ ਪੈਸਾ ਲੱਗ ਚੁੱਕਿਆ ਜੀ ਸਾਡਾ ਅਸੀਂ ਜੋ ਵੀ ਅਸੀਂ ਕਮਾਉਣੇ ਆਏ ਹੈਗੇ ਆ ਜੀ ਮੇਰੇ ਦੋ ਬੇਟੀਆਂ ਆਈ ਇੱਕ ਬੇਟੀ ਆ ਸੀ ਇੱਕ ਬੇਟੀ ਆ ਜੀ ਤੇ ਇਹਦੀ ਦਵਾਈ ਤੇ ਹੀ ਖਰਚ ਹੋ ਜਾਂਦਾ ਹੈਗਾ ਜੀ ਇਹ ਜਿਹੜੀ ਤੁਸੀਂ ਦੱਸਿਆ ਕਿ ਜਿਹੜੀ ਸਰਕਾਰੀ ਸਹੂਲਤਾਂ ਉਹ ਨਹੀਂ ਮਿਲਦੀਆਂ ਤੇ ਫਿਰ ਕਿਵੇਂ ਇਲਾਜ ਇਹਦੇ ਕਿਵੇਂ ਹੋ ਰਿਹਾ ਹੈ ਸਰਕਾਰੀ ਸਹੂਲਤਾਂ ਵੀ ਮਿਲਦੀਆਂ ਦਾ ਹੈਗੀਆਂ ਪਰ ਲੇਟ ਮਿਲਦੀਆਂ ਹੈਗੀਆਂ ਜੀ ਦਿੱਕਤ ਹੁੰਦੀ ਹੈ ਦਿੱਕਤ ਹੁੰਦੀ ਹੈ ਜੀ ਸੀਐਮ ਫੰਡ ਸਾਡਾ ਹਜੇ ਤੱਕ ਨਹੀਂ ਆਇਆ ਜੀ 4 ਮਹੀਨੇ ਹੋ ਗਏ ਉਹਨੂੰ ਅਪਲਾਈ ਕੀਤੇ ਨੂੰ ਜੀ ਉਹ ਨਹੀਂ ਮਿਲਿਆ ਨਹੀਂ ਜੀ ਤੇ ਹੁਣ ਇਹਦਾ ਇਲਾਜ ਹਜੇ ਡਾਕਟਰਾਂ ਨੇ ਕੀ ਦੱਸਿਆ ਕਿ ਕਿੰਨਾ ਚਿਰ ਇਹਦਾ ਹੋਰ ਇਲਾਜ ਚੱਲੇਗਾ ਇਹਦਾ ਇਲਾਜ ਜੀ ਡਾਕਟਰ ਕਹਿੰਦੇ ਜੀ 2 ਸਾਲ ਹੋਰ ਚੱਲਣਾਗਾ ਇਹਦੇ ਰੇਡੀਏਸ਼ਨ ਹੋਣੀ ਹੈ ਜੀ ਹਜੇ ਦੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਪਿੱਛੇ ਸੀਗਾ ਕਿਸੇ ਬਜ਼ੁਰਗ ਨੂੰ ਕਿਸੇ ਨੂੰ ਕੈਂਸਰ ਨਾ ਜੀ ਕਿਸੇ ਨੂੰ ਨਹੀਂ ਸੀਗਾ ਜੀ ਨਹੀਂ ਜੀ ਤੇ ਹੁਣ ਜਿਵੇਂ ਹੁਣ ਬੱਚੀ ਇਹਦੀ ਖੇਡਣ ਦੀ ਉਮਰ ਆ ਸਕੂਲ ਪੜ੍ਹਨ ਦੀ ਉਮਰ ਆ ਕਿੰਨਾ ਕੁ ਦੁੱਖ ਹੈਗਾ ਕਿਉਂਕਿ ਹਸਪਤਾਲਾਂ ਚ ਤੁਸੀਂ ਢੇੜੇ ਲਾ ਰਹੇ ਹੋ ਲਗਾਤਾਰ ਪੈਸਾ ਲੱਗਦਾ ਜਾ ਰਿਹਾ ਹੈ ਕਿੰਨੀ ਕਬੜੀ ਪਰੇਸ਼ਾਨੀ ਹੈ ਪਰੇਸ਼ਾਨੀ ਤਾਂ ਇਹ ਬਹੁਤ ਜ਼ਿਆਦਾ ਹੈਗੀ ਹੈ ਜੀ ਜੂਕੇ ਜੀ ਸੀਗੀ ਜੀ 2 ਸਾਲ ਹੋ ਗਏ ਸਕੂਲ ਨਹੀਂ ਗਈ ਜੀ ਆ ਬਹੁਤ ਜ਼ਿਆਦਾ ਪੈਸਾ ਲੱਗ ਰਿਹਾ ਬਹੁਤ ਪਰੇਸ਼ਾਨ ਹੋਏ ਆਂ ਜੀ ਬਹੁਤ ਜ਼ਿਆਦਾ ਇਹ 2 ਸਾਲ ਜੀ ਹੁਣ ਕਿੰਨੇ ਚਿਰ ਬਾਅਦ ਤੁਹਾਨੂੰ ਆਉਣਾ ਪੈਂਦਾ ਇੱਥੇ ਸਾਨੂੰ ਇਹ 14 ਦਿਨਾਂ ਬਾਅਦ ਇੱਥੇ ਆਉਣਾ ਪੈਂਦਾਗਾ ਜੀ ਹਾਂਜੀ ਤੇ ਹੁਣ ਡਾਕਟਰ ਕੀ ਕਹਿ ਰਿਹਾ ਵੀ ਕਿੰਨਾ ਕਿੰਨੂੰ ਫਰਕ ਹੈਗਾ ਪਹਿਲਾਂ ਨਾਲ ਡਾਕਟਰ ਜੀ ਕਹਿ ਰਿਹਾ ਜੀ ਸੁਰੱਖਤਾ ਨੂੰ ਹੈਗਾ ਜੀ ਹੁਣ ਉਸ ਤੋਂ ਬਾਅਦ ਆਪਣਾ ਨਾਮਕ ਤਿੰਨ ਤਿੰਨ ਮਹੀਨਿਆਂ ਬਾਅਦ ਇਹਦੀ ਐਮ ਆਰ ਆਈ ਹੁੰਦੀ ਹੈਗੀ ਐਮ ਆਰ ਆਈ ਦੀ ਰਿਪੋਰਟ ਹੁੰਦੀ ਆ ਫਿਰ ਡਾਕਟਰ ਦੇਖਦੇ ਹੈਗੇ ਜੀ ਜਿਹੜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਪਰ ਉਹ ਦੇਰੀ ਨਾਲ ਮਿਲਦੀਆਂ ਫਿਰ ਉਹਦੇ ਦੌਰਾਨ ਤੁਸੀਂ ਪੈਸਾ ਕਿੱਥੋਂ ਲੈ ਕੇ ਆਂਦੇ ਹੋ ਪਲੋਂ ਖਰਚਦੇ ਹੋ ਆਪਣਾ ਸਾਰਾ ਪੈਸਾ ਐਨ ਜੀਓ ਵਾਲੇ ਹੈਲਪ ਕਰਦੇ ਜੀ ਮੈਡਮ ਹੈਗੀ ਆ ਦਿੱਲੀ ਤੋਂ ਇਹ ਅਲਕਾ ਮੈਡਮ ਜੀ ਉਹ ਹੈਲਪ ਕਰਦੇ ਹੈਗੇ ਜੀ ਹਾਂਜੀ ਉਹ ਹੈਲਪ ਕਰਦੇ ਹਾਂਜੀ ਤੇ ਹੁਣ ਤੁਸੀਂ ਜਦੋਂ ਆਏ ਹੋ ਇੱਥੇ ਚੈੱਕਅਪ ਕਰਾਉਣ ਵਾਸਤੇ ਤਾਂ ਹੋਰ ਕਿੰਨੇ ਕੁ ਬੱਚੇ ਹੈਗੇ ਆ ਹੋਰ ਵੀ ਬੱਚੇ ਬਹੁਤ ਆਉਂਦੇ ਆ ਹਾਂਜੀ ਬੱਚੇ ਬਹੁਤ ਆਉਂਦੇ ਆ ਜੀ 80 85 ਬੱਚੇ ਹੈਗੇ ਆ ਜੀ ਇੱਥੇ ਜਿਹੜੇ ਹਸਪੀਟਲ ਚ ਆਉਂਦੇ ਹੈਗੇ ਆ ਜੀ ਹਾਂਜੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਜੀ ਜਿਵੇਂ ਹੁਣ ਤੁਹਾਡਾ ਫਿਰ ਘਰ ਦਾ ਖਰਚਾ ਕਿਵੇਂ ਚੱਲਦਾ ਕਿਉਂਕਿ ਇਨਕਮ ਘੱਟ ਹੈਗੀ ਆ ਬੱਚੀ ਦੇ ਖਰਚਾ ਕਿੰਨਾ ਹੋ ਚੁੱਕਿਆ ਬੱਚੀ ਦੇ ਖਰਚਾ ਤਾਂ ਬਹੁਤ ਜ਼ਿਆਦਾ ਹੋ ਚੁੱਕਿਆਗਾ ਜੀ ਬਸ ਟਾਈਮ-ਪਾਸ ਕਰੀ ਜਾਂਦੇ ਆ ਜੀ ਬਸ ਦਵਾਈ ਤੇ ਬਹੁਤ ਜ਼ਿਆਦਾ ਖਰਚਾ ਆਉਂਦਾਗਾ ਜੀ ਬਹੁਤ ਜਿਆਦਾ ਬਹੁਤ ਤੁਹਾਡਾ ਕੀ ਮੰਨਣਾ ਜੀ ਛੋਟੀ ਬੱਚੀ ਹੈਗੀ ਤੁਹਾਡੀ ਕਿੰਨੀ ਵੱਡੀ ਪਰੇਸ਼ਾਨੀ ਹੈ ਕੋਈ ਕੈਂਸਰ ਬੱਚਿਆਂ ਨੂੰ ਵੀ ਹੋਣ ਲੱਗਿਆ ਜੀ ਬਹੁਤ ਜਿਆਦਾ ਪਰੇਸ਼ਾਨੀ ਹੈ ਜੀ ਬਹੁਤ ਜਿਆਦਾ ਪਰੇਸ਼ਾਨ ਆਗੇ ਕਿੰਨਾ ਖਰਚਾ ਹੋ ਗਿਆ ਖਰਚਾ ਬਹੁਤ ਜਿਆਦਾ ਹੋ ਗਿਆ ਜੀ ਲੁਧਿਆਣੇ ਬਹੁਤ ਜਿਆਦਾ ਹੋਇਆ 6 ਮਹੀਨੇ ਲਗਾਤਾਰ ਕੀਮੋ ਲਗਦੀ ਰਹੀ ਲੁਧਿਆਣੇ ਲੈ ਜਾਂਦੇ ਰਹੇ ਬਹੁਤ ਜਿਆਦਾ ਖਰਚਾ ਫਿਰ ਇਹ ਟ੍ਰਾਂਸਪਲੈਂਟ ਹੋਇਆ ਲੁਧਿਆਣੇ ਡੀ ਐਮ ਸੀ ਚ ਉੱਥੇ ਵੀ ਬਹੁਤ ਜਿਆਦਾ ਪਰੇਸ਼ਾਨੀ ਗੱਟੀ ਅਸੀਂ ਤੋਨੂੰ ਨਾਕ ਦੁੱਖ ਹੈ ਜੀ ਦਾ ਵੀ ਛੋਟੀ ਬੱਚੀ ਦਾ ਬਹੁਤ ਜ਼ਿਆਦਾ ਦੁੱਖ ਹੈ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੈਗੀ ਹਾਂਜੀ ਹਾਂਜੀ ਦੋ ਬੱਚੇ ਸਨ ਹਾਂਜੀ ਦੋ ਬੱਚੀਆਂ ਜੀ ਇੱਕ ਬੇਟਾ ਕੋਈ ਹੋਰ ਸਹੂਲਤ ਹੈਗੀ ਕਿੱਥੋਂ ਮਿਲਦੀ ਤੁਹਾਨੂੰ ਨਹੀਂ ਜੀ ਹੋਰ ਕੋਈ ਸਹੂਲਤ ਨਹੀਂ ਕਿਤੋਂ ਹੀ ਮਿਲ ਹੈਲਪ ਕਰੀ ਜਾਂਦੇ ਜੀ ਬਟੂ ਡਾਕਟਰ ਬਠਿੰਡੇ ਹੈਗਾ ਇਹਨਾਂ ਦਾ ਕਿ ਲੁਧਿਆਣਾ ਜਾਣਾ ਮੰਨ ਨਹੀਂ ਜੀ ਲੁਧਿਆਣਾ ਹੀ ਜਾਣਾ ਪੈਂਦਾ ਬਠਿੰਡੇ ਕੋਈ ਡਾਕਟਰ ਨਹੀਂ ਹੈਗਾ ਬੱਚਿਆਂ ਦਾ ਜੀ ਜੇ ਬੱਚੇ ਨੂੰ ਬੁਖਾਰ ਹੋ ਗਿਆ ਖਾਂਸੀ ਹੋ ਗਈ ਕੋਈ ਵੀ ਤਕਲੀਫ ਹੁੰਦੀ ਆ ਤਾਂ ਲੁਧਿਆਣੇ ਲੈ ਜਾਣਾ ਪੈਂਦਾ ਤੁਰੰਤ ਲੁਧਿਆਣੇ 4-5 ਘੰਟਿਆਂ ਦਾ ਰਸਤਾ ਜੀ ਬੱਸ ਸ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਬੱਚੇ ਨੂੰ ਜਾਣਾ ਹੁੰਦੀ ਪਰਿਵਾਰ ਕਿੰਨਾ ਅਫਸਰਟ ਹੈਗਾ ਕਿਉਂਕਿ ਬਜ਼ੁਰਗ ਮਾਪਿਓ ਵੀ ਹੈਗੇ ਹਾਂ ਬਹੁਤ ਜ਼ਿਆਦਾ ਅਫਸਰਟ ਆ ਜੀ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ ਜਮਾ ਬੁੱਢੇ ਆ ਜੀ ਮੇਰੇ ਸਾਸੋਹਰ ਉਹੀ ਫਿਰ ਮੇਰੇ ਬੱਚਾ ਨੂੰ ਇਹਨਾਂ ਨੂੰ ਸਾਹਮਦੇ ਪਿੱਛੋਂ ਇਹ ਮੇਰੀ ਛੋਟੀ ਗੁੜੀਆ ਸੀਗੀ 9 ਮਹੀਨੇ ਦੀ 2 ਸਾਲ ਹੋ ਗਏ ਨੂੰ ਸਿੱਟੀ ਨੂੰ ਇਹ ਘਰੇ ਰਹਿੰਦੀ ਹੈਗੀ ਇਸ ਦੀ ਸੇਵਾ ਤੇ ਲੱਗੇ ਰਹਿੰਦੇ ਆ ਅਸੀਂ ਇਹਨੂੰ ਲੁਧਿਆਣੇ ਲੈ ਕੇ ਜਾਨੇ ਆ ਫਿਰ ਬਠਿੰਡੇ ਲੈ ਕੇ ਜਾਨੇ ਆ ਇਸ ਦੀ ਪਰਵਿਸ਼ ਜ਼ਿਆਦਾਤਰ ਕਰ ਰਹੇ ਆ ਜੀ ਉਹ ਕਿੰਨੇ ਕਿਤੇ ਦਾ ਚੀਜ਼ ਇਲਾਜ ਚ ਲੱਗਦਾ ਦੋ ਸਾਲ ਚੱਲਣਾ ਇਹ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਇਲਾਜ ਬਹੁਤ ਮਹਿੰਗਾ ਸਾਰਾ ਹੀ ਸਰਕਾਰ ਨੂੰ ਚੱਕਣਾ ਚਾਹੀਦਾ ਖਰਚ ਜਿਹੜਾ ਹੈਗਾ ਹਾਂਜੀ ਹਾਂਜੀ ਚੱਕਣਾ ਤਾਂ ਚਾਹੀਦਾ ਜੀ ਅਸੀਂ ਤਾਂ ਇਹ ਕਹਿੰਨੇ ਆ ਜੀ ਕੋਈ ਡਾਕਟਰ ਮਿਲੇ ਇੱਥੇ ਬਠਿੰਡੇ ਆਉਣਾ ਜਾਣਾ ਸੌਖਾ ਜੀ ਪਰੇਸ਼ਾਨੀ ਵੀ ਘੱਟ ਹੁੰਦੀ ਐ ਇੱਥੇ ਡਾਕਟਰ ਹੋਵੇ ਤਾਂ ਬਹੁਤ ਜ਼ਿਆਦਾ ਮਾਪੇ ਬਾਂਪੂ ਨੂੰ ਵੀ ਆਉਣ ਜਾਣ ਚ ਸਹੀ ਰਹਿੰਦਾ ਬੱਚਾ ਵੀ ਜਿਹੜੀ ਇਹਨਾਂ ਦੀ ਦਵਾਈਆਂ ਦਾ ਖਰਚਾ ਹੈ ਉਹ ਸਰਕਾਰੀ ਮਿਲਦੀਆਂ ਦਵਾਈਆਂ ਜਾਂ ਪੱਲੋਂ ਖਰਚਦੇ ਤੁਸੀਂ ਸਾਰਾ ਪੱਲੋਂ ਹੀ ਖਰਚਦੇ ਆ ਜੀ ਪ੍ਰਾਈਵੇਟ ਹੀ ਲੈਨੇ ਆ ਸਾਰੀ ਦਵਾਈ ਪ੍ਰਾਈਵੇਟ ਹਾਂਜੀ ਸਾਰੀ ਪ੍ਰਾਈਵੇਟ ਹਾਂਜੀ ਹਾਂਜੀ ਉਹ ਆਪਣੇ ਪਿੰਡੋਂ ਚਲ ਰਿਹਾ ਹਾਂ ਜੀ ਲੱਗਦਾ ਸਰਕਾਰ ਨੂੰ ਦੇਣੀ ਚਾਹੀਦੀ ਸਾਰੀ ਬੱਚਿਆਂ ਨੂੰ ਲੱਗਦਾ ਤਾਂ ਹੈਗਾ ਜੀ ਵੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਮੰਗ ਤਾਂ ਹੈਗੀ ਸਰਕਾਰ ਅੱਗੇ ਪਰ ਸਰਕਾਰ ਕੁਝ ਕਰਨੀ ਨਾ ਰਹੀ ਹਾਂ ਜੀ ਜੋ ਬਿਲਕੁਲ ਤੁਸੀਂ ਦੇਖਿਆ ਕਿ ਪਰਿਵਾਰ ਇਹ ਜਿਹੜਾ ਹੈਗਾ ਕਿੰਨਾ ਪਰੇਸ਼ਾਨ ਹੈ ਕਿਉਂਕਿ ਇਸ ਪਰਿਵਾਰ ਦੀ ਬੱਚੀ ਜਿਹੜੀ 7 ਸਾਲ ਦੀ ਉਮਰ ਹੈ ਜਿੰਨੇ ਸਕੂਲ ਪੜ੍ਹਨਾ ਸੀ ਖੇਡਣਾ ਸੀ ਪਾਰਕਾਂ ਦੇ ਵਿੱਚ ਬੱਚਿਆਂ ਦੇ ਨਾਲ ਖਡੌਣਿਆਂ ਨਾਲ ਅੱਜ ਉਹ ਕੈਂਸਰ ਨਾਲ ਪੀੜਤ ਹੈ ਤੇ ਸਰਕਾਰੀ ਜਿਹੜੀ ਸਹੂਲਤਾਂ ਉਹ ਮਿਲਦੀਆਂ ਜ਼ਰੂਰ ਆ ਪਰ ਦੇਰੀ ਬਹੁਤ ਹੋ ਜਾਂਦੀ ਹੈ 4-4 ਮਹੀਨੇ ਹੋ ਚੁੱਕੇ ਆ ਇਹ ਹਜੇ ਤੱਕ ਇਹਨਾਂ ਨੂੰ ਸੀਐਮ ਫੰਡ ਜਿਹੜਾ ਨਹੀਂ ਮਿਲਿਆ ਇਸ ਕਰਕੇ ਪੀਐਮ ਫੰਡ ਵੀ ਨਹੀਂ ਮਿਲਿਆ ਤੇ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਤੋਂ ਇਹ ਮੰਗ ਕਰ ਰਹੀ ਹੈ ਕਿ ਜਿਹੜੇ ਕੈਂਸਰ ਦੇ ਪੀੜਿਤ ਬੱਚੇ ਹੈਗੇ ਆ ਉਹਨਾਂ ਦਾ ਟੋਟਲੀ ਇਲਾਜ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਹੋਵੇ ਫ੍ਰੀ ਦਵਾਈਆਂ ਪੰਜਾਬ ਦੀ ਸਰਕਾਰ ਉਹਨੂੰ ਦੇਵੇ ਕੇਂਦਰ ਸਰਕਾਰ ਫ੍ਰੀ ਦਵਾਈਆਂ ਦੇਵੇ ਤਾਂ ਕਿ ਜਿਹੜੀ ਪੰਜਾਬ ਦੀ ਜਾਂ ਜਿਹੜੀ ਬਠਿੰਡਾ ਬੈਲਟ ਦੇ ਬੱਚਿਆਂ ਦੀ ਭਵਿੱਖ ਜਿਹੜਾ ਹੈਗਾ ਉਹ ਕੈਂਸਰ ਦੇ ਵਿੱਚ ਫਸਦਾ ਜਾ ਰਿਹਾ ਭਵਿੱਖ ਜਿਹੜਾ ਪੰਜਾਬ ਦਾ ਅੱਜ ਘਾਤਕ ਬਿਮਾਰੀ ਦੇ ਵਿੱਚ ਹੈ ਉਸ ਤੋਂ ਨਜਾਤ ਮਿਲੇ ਤੇ ਜਿਹੜੇ ਗਰੀਬ ਪਰਿਵਾਰਾਂ ਆਰਥਿਕ ਤੌਰ ਤੇ ਕਮਜ਼ੋਰ ਹੈ ਕਿਤੇ ਨਾ ਕਿਤੇ ਉਹ ਆਪਣੇ ਬੱਚਿਆਂ ਦਾ ਜਿਹੜਾ ਚੰਗਾ ਇਲਾਜ ਕਰਵਾ ਸਕਣ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਵੱਡੇ ਵੱਡੇ ਸੈਮੀਨਾਰ ਕਰਵਾਏ ਜਾਂਦੀਆਂ ਐਡਵਰਟਾਈਜ਼ਮੈਂਟਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਹੀ ਪੂਰਾ ਖਰਚਾ ਪੰਜਾਬ ਦੀ ਸਰਕਾਰ ਚੱਕੇ ਤਾਂ ਤਾਂਕਿ ਜਿਹੜੇ ਕੈਂਸਰ ਦੇ ਬੱਚੇ ਨੇ ਜਿਨ੍ਹਾਂ ਨੂੰ ਕੈਂਸਰ ਜਕੜਦਾ ਜਾ ਰਿਹਾ ਉਹਨਾਂ ਦਾ ਪਰਿਵਾਰ ਜਿਹੜਾ ਇਲਾਜ ਕਰਵਾ ਸਕਤੇ ਫ੍ਰੀ ਇਲਾਜ ਹੋਵੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਪਰਿਵਾਰਾਂ ਨੂੰ ਸਹੂਲਤ ਦਿੱਤੀ ਜਾਵੇ ਤਾਂ ਕਿ ਪੰਜਾਬ ਦੇ ਜਿਹੜੇ ਬਠਿੰਡਾ ਬੈਲਟ ਦੇ ਜਿਹੜੇ ਬੱਚੇ ਹੈਗੇ ਛੋਟੇ ਛੋਟੇ ਜਿਨ੍ਹਾਂ ਨੂੰ ਕੈਂਸਰ ਹੈ ਉਹਨਾਂ ਦੇ ਪਰਿਵਾਰ ਨੂੰ ਥੋੜੀ ਸੌਖ ਹੋਵੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮੇਸ਼ ਸ਼ਰਮਾ ਡੇਲੀ ਪੋਸਟ ਪੰਜਾਬੀ ਬਠਿੰਡਾ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਸ ਨਾਲ ਜਾਂ ਬਿਨਾ ਆਇਲਸ ਤੋਂ ਇੱਕ ਵਾਰ ਫਲਾਈ ਰੇਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ